ਗੱਲ ਕਰਦੇ ਆ ਗਾਇਕ ਸਿੰਘਾ ਬਾਰੇ ਐਨੀ ਦਿਨੀ ਗਾਇਕ ਸਿੰਘਾ ਕਾਫੀ ਟੈਂਸ਼ਨ ਵਿੱਚ ਚੱਲ ਰਿਹਾ ਕਿਉਂਕਿ ਸਿੰਘਾ ਦੇ ਵੱਲੋਂ ਕਈ ਸਟੋਰੀਆਂ ਹੀ ਇਸ ਤਰ੍ਹਾਂ ਸਾਂਝੀਆਂ ਕੀਤੀਆਂ ਗਈਆਂ ਜਿਵੇਂ ਕਿਸੇ ਨਾਲ ਕੋਈ ਅਣਬਣ ਹੋਈ ਹੋਵੇ ਸਿੰਘਾ ਨੇ ਸਟੋਰੀ ਸ਼ੇਅਰ ਕੀਤੀ ਹੈ ਜੋ ਤੁਸੀਂ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਹੋ ਉਹ ਆਪ ਕੱਟੀ ਬੋਲਦੇ ਨੇ ਦੂਸਰੀ ਸਟੋਰੀ ਵਿੱਚ ਲਿਖਿਆ ਮੈਂ ਕਿਸੇ ਗੱਲ ਕਰਕੇ ਚੁੱਪ ਹੋਵਾਂ ਸਟੋਰੀ ਦੇਖ ਲੱਗਦਾ ਹੈ ਕਿਸੇ ਨਾ ਕਿਸੇ ਨਾਲ ਕੋਈ ਸਿੰਘੇ ਦਾ ਚੱਕਰ ਚੱਲ ਰਿਹਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਜਰੂਰ ਕਰੋ ਸਵਾਗਤ ਹੈ ਅਗਲੀ ਅਪਡੇਟ ਵੱਲੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਅੱਜ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਹੜ੍ਹਾਂ ਦੇ ਪਾਣੀ ਨੇ ਜੋ ਇਸ ਵਾਰ ਤਬਾਹੀ ਮਚਾਈ ਹੈ ਉਹ ਦੇਖਣ ਯੋਗ ਨਹੀਂ ਹੈ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਤਾਂ ਤੁਹਾਨੂੰ ਦੱਸਦੀ ਕਿ ਮਹਿਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਔਰ ਪੀੜਤਾਂ ਨੂੰ ਮਿਲਣ ਪਹੁੰਚੇ ਹੜਪੀਟਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤਾਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪ੍ਰੋਵਾਈਡ ਕਰਵਾਵਾਂਗੇ ਮਾਤਾ ਚਰਨ ਕੌਰ ਜੀ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਿੱਧੂ ਦੇ ਚਾਹਣ ਵਾਲੇ ਸਿੱਧੂ ਨੂੰ ਅੱਜ ਯਾਦ ਕਰ ਰਹੇ ਸੀ ਕਿ ਜੇ ਅੱਜ ਸਾਡਾ ਝੋਟਾ ਹੁੰਦਾ ਤਾਂ 9/11 ਲੈ ਕੇ ਕਦੋਂ ਦਾ ਲੋਕਾਂ ਦੀ ਮਦਦ ਲਈ ਅੱਗੇ ਆ ਜਾਣਾ ਸੀ ਸਾਡੇ ਪੁੱਤ ਨੇ ਲੋਕਡਾਊਨ ਦੇ ਵੇਲੇ ਵੀ ਜੋਸਰਿਆ ਲੋਕਾਂ ਦੀ ਹੈਲਪ ਕੀਤੀ ਇਸ ਦੇ ਨਾਲ ਹੀ ਮਤਤ ਚਰਨ ਗੋਰਜ ਨੇ ਵੀ ਕਿਹਾ ਕਿ ਅੱਜ ਸਿੱਧੂ ਆਪਣੇ ਵਿੱਚਕਾਰ ਨਹੀਂ ਇਸ ਲਈ ਸਾਨੂੰ ਇੱਥੇ ਆਉਣਾ ਪਿਆ ਤਾਂ ਕਿ ਸਿੱਧੂ ਦੇ ਕਰੋੜਾਂ ਫੈਨਸ ਨਿਰਾਸ਼ ਨਾ ਹੋਣ ਸਿੱਧੂ ਦੀ ਕਮੀ ਮਹਿਸੂਸ ਨਾ ਕਰਨ ਬਾਕੀ ਤੁਹਾਡਾ ਇਸ ਵਾਰੀ ਕੀ ਕਹਿਣਾ ਕਮੈਂਟ ਜਰੂਰ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਮਿਲਦੇ ਹਾਂ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ ਜਬ ਤੱਕ ਲਈ ਜੁੜੇ ਰਹੋ ਐਸ ਵੀ ਫੈਕਟ ਬਾਈ ਦੇ ਨਾਲ